ਤਾਂ ਜਲੰਧਰ ਜ਼ਿਮਨੀ ਚੋਣਾਂ ਦਾ ਬਿਗੁਲ ਵੱਜ ਚੁੱਕਿਆ। ਜ਼ਿਮਨੀ ਚੋਣਾਂ ਦੇ ਵਿੱਚ ਸਾਰੀਆਂ ਪਾਰਟੀਆਂ ਵੱਲੋਂ ਆਪੋ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਨੇ, ਪਰ ਚਰਚਾ ਜਿਹੜੀ ਛਿੜ ਗਈ ਹੈ, ਵਿਵਾਦ ਜਿਹੜਾ ਭਖ ਗਿਆ, ਉਹ ਭਖਿਆ ਹੈ ਭਾਜਪਾ ਦੇ ਉਮੀਦਵਾਰ ਐਲਾਨਣ ਤੋਂ ਬਾਅਦ। ਤੁਹਾਨੂੰ ਦੱਸ ਦਈਏ ਕਿ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਉਮੀਦਵਾਰ ਐਲਾਨਿਆ ਜਾਂਦਾ, ਅਕਾਲੀ ਦਲ ਤੋਂ ਛੱਡ ਕੇ ਭਾਜਪਾ 'ਚ ਸ਼ਾਮਿਲ ਹੁੰਦੇ ਨੇ ਇੰਦਰ ਇਕਬਾਲ ਸਿੰਘ ਅਟਵਾਲ, ਔਰ ਉਸ ਤੋਂ ਬਾਅਦ ਉਮੀਦਵਾਰ ਐਲਾਨ ਦਿੱਤੇ ਜਾਂਦੇ ਨੇ ਭਾਜਪਾ ਵੱਲੋਂ। ਇਸ ਪੂਰੇ ਮਾਮਲੇ ਨੂੰ ਲੈ ਕੇ ਵਿਵਾਦ ਇੰਦਰ ਇਕਬਾਲ ਸਿੰਘ ਅਟਵਾਲ ਦਾ ਨਹੀਂ ਹੈ, ਸਗੋਂ ਉਹਨਾਂ ਦੇ ਨਾਲ ਇੱਕ ਸ਼ਖਸ ਜੋ ਉਹਨਾਂ ਦੀ ਭਾਜਪਾ ਦੇ ਵਿੱਚ ਜੁਆਇਨਿੰਗ ਵੇਲੇ ਨਾਲ ਮੌਜੂਦ ਸੀ। ਦੱਸ ਦਈਏ ਕਿ ਪਰਸ਼ੋਤਮ ਸੋਂਧੀ ਨਾਮ ਦਾ ਇੱਕ ਵਿਅਕਤੀ ਜਿਸ ਉੱਤੇ ਵਿਵਾਦ ਬਣਿਆ ਹੋਇਆ, ਵੱਖ ਵੱਖ ਪਾਰਟੀਆਂ ਵੱਲੋਂ ਨਿਸ਼ਾਨੇ ਸਾਧੇ ਜਾ ਰਹੇ ਨੇ ਭਾਜਪਾ ਉੱਤੇ, ਉਹ ਇਸ ਕਰਕੇ ਸਾਧੇ ਜਾ ਰਹੇ ਨੇ, ਪਰਸ਼ੋਤਮ ਸੋਂਧੀ ਇੱਕ ਐਸਾ ਬੰਦਾ ਹੈ ਜਿਹੜਾ ਨਾਲ ਭਾਜਪਾ ਦੇ ਵਿੱਚ ਸ਼ਾਮਿਲ ਹੋਇਆ। ਇਸ ਪੂਰੇ ਮਾਮਲੇ ਨੂੰ ਦੱਸ ਦਈਏ ਕਿ ਪਰਸ਼ੋਤਮ ਸੋਂਧੀ ਉਹ ਵਿਅਕਤੀ ਹੈ ਜਿਸ ਉੱਤੇ 2010 ਦੇ ਵਿੱਚ ਨਸ਼ਾ ਰੱਖਣ ਦੇ ਅਤੇ ਤਸਕਰੀ ਕਰਨ ਦੇ ਇਲਜ਼ਾਮ ਲੱਗੇ ਸੀ। ਸੂਤਰਾਂ ਦੇ ਮੁਤਾਬਕ, ਪੁਲਿਸ ਰਿਪੋਰਟਾਂ ਦੇ ਮੁਤਾਬਕ, ਇਸ ਵਿਅਕਤੀ ਕੋਲੋਂ, ਪਰਸ਼ੋਤਮ ਸੋਂਧੀ ਵੱਲੋਂ, ਜੋ ਕਿ ਉਸ ਵੇਲੇ ਅਕਾਲੀ ਦਲ ਯੂਥ ਦੇ ਵਿੱਚ ਲੀਡਰ ਸੀ, ਯਾਨੀ ਕਿ ਯੂਥ ਅਕਾਲੀ ਦਲ ਦਾ ਲੀਡਰ ਸੀ ਪਰਸ਼ੋਤਮ ਸੋਂਧੀ, ਉਸ ਉੱਤੇ ਇਲਜ਼ਾਮ ਲੱਗਦੇ ਨੇ ਨਸ਼ਾ ਰੱਖਣ ਦੇ। ਜੇ ਗੱਲ ਕਰੀਏ 22.5 ਕਿਲੋ ਹੈਰੋਇਨ ਜਿਹੜੀ ਹੈ ਇਸ ਪਰਸ਼ੋਤਮ ਸੋਂਧੀ ਦੇ ਕੋਲ ਸੂਤਰਾਂ ਮੁਤਾਬਕ, ਪੁਲਿਸ ਦੀਆਂ ਰਿਪੋਰਟਾਂ ਮੁਤਾਬਕ ਬਰਾਮਦ ਹੁੰਦੀ ਹੈ। ਇੱਕ ਮਟੈਲਿਕ ਗ੍ਰੇ ਦੀ ਇੰਡਿਕਾ ਗੱਡੀ ਜਿਸ ਦੇ ਵਿੱਚ ਪਰਸ਼ੋਤਮ ਸੋਂਧੀ ਰਿਪੋਰਟਸ ਦੇ ਮੁਤਾਬਕ ਮੌਜੂਦ ਹੁੰਦਾ ਹੈ, ਨਾਕੇ ਦੌਰਾਨ ਰੋਕਿਆ ਜਾਂਦਾ ਔਰ ਅਜਨਾਲੇ ਦੇ ਵਿੱਚ ਰੋਕਿਆ ਜਾਂਦਾ ਇਸ ਨੂੰ। ਅਜਨਾਲੇ ਵਿੱਚ ਪੁਲਿਸ ਵੱਲੋਂ ਇਸਦੇ ਕੋਲੋਂ ਨਸ਼ਾ ਬਰਾਮਦ ਹੁੰਦਾ ਹੈ, ਇਹ ਜਾਣਕਾਰੀ ਸਾਹਮਣੇ ਆਉਂਦੀ ਹੈ। ਇਲਜ਼ਾਮ ਲੱਗਦੇ ਨੇ ਨਸ਼ਾ ਵੇਚਣ ਦੇ, ਨਸ਼ਾ ਤਸਕਰੀ ਕਰਨ ਦੇ ਇਲਜ਼ਾਮ ਲੱਗਦੇ ਨੇ, ਨਸ਼ਾ ਰੱਖਣ ਦੇ ਇਲਜ਼ਾਮ ਲੱਗਦੇ ਨੇ। 22.5 ਕਿਲੋ ਦੇ ਕਰੀਬ ਹੈਰੋਇਨ ਜਿਹੜੀ ਆ ਉਹ ਬਰਾਮਦ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਰਿਪੋਰਟਾਂ ਦੇ ਆਧਾਰ 'ਤੇ ਤੁਹਾਨੂੰ ਦੱਸ ਰਹੇ ਹਾਂ, ਰਿਪੋਰਟਾਂ ਮੁਤਾਬਕ ਪਰਸ਼ੋਤਮ ਸੋਂਧੀ 'ਤੇ ਇਲਜ਼ਾਮ ਸੀ ਨਸ਼ਾ ਤਸਕਰੀ ਦੇ, ਔਰ ਉਹ ਪਰਸ਼ੋਤਮ ਸੋਂਧੀ ਜਿਸ ਉੱਤੇ ਇਲਜ਼ਾਮ ਸੀ, ਜਿਹੜਾ 12 ਸਾਲ ਟ੍ਰਾਇਲ ਭੁਗਤ ਚੁੱਕਿਆ ਇਸ ਮਾਮਲੇ ਨੂੰ ਲੈ ਕੇ, ਗ੍ਰਿਫਤਾਰੀ ਭੋਗ ਚੁੱਕਿਆ, ਉਹ ਪਰਸ਼ੋਤਮ ਸੋਂਧੀ ਭਾਜਪਾ ਦੇ ਵਿੱਚ ਸ਼ਾਮਿਲ ਹੁੰਦਾ ਹੈ। ਨਾਲ ਕਿਸਦੇ ਸ਼ਾਮਿਲ ਹੁੰਦਾ ਹੈ? ਇੰਦਰ ਇਕਬਾਲ ਸਿੰਘ ਅਟਵਾਲ ਦੇ। ਇੰਦਰ ਇਕਬਾਲ ਸਿੰਘ ਅਟਵਾਲ ਲੁਧਿਆਣਾ ਕੁੰਭ ਕਲਾਂ ਤੋਂ ਸਾਬਕਾ MLA ਰਹਿ ਚੁੱਕੇ ਨੇ। ਇਸ ਤੋਂ ਇਲਾਵਾ ਅਕਾਲੀ ਦਲ ਦੇ ਵਿੱਚ ਇਹਨਾਂ ਦੇ ਪਰਿਵਾਰ ਦਾ ਵੱਡਾ ਨਾਮ ਹੈ। ਚਰਨਜੀਤ ਸਿੰਘ ਅਟਵਾਲ ਇਹਨਾਂ ਦੇ ਪਿਤਾ ਜੀ ਨੇ, ਜੋ ਖਾਸੇ ਲੰਮੇ ਚਿਰ ਤੋਂ ਅਕਾਲੀ ਦਲ ਦੇ ਵਿੱਚ ਰਹੇ ਨੇ, ਸ਼ੁਰੂਆਤੀ ਦੌਰ ਦੇ ਵਿੱਚ ਲੋਕ ਸਭਾ ਮੈਂਬਰ ਵੀ ਰਹੇ ਨੇ, ਸ਼ੁਰੂਆਤੀ ਦੌਰ ਦੇ ਵਿੱਚ ਅਕਾਲੀ ਦਲ ਦੇ ਨਾਲ ਸਿੱਧੀ ਸ਼ਮੂਲੀਅਤ ਵੀ ਰੱਖੀ ਹੈ ਚਰਨਜੀਤ ਸਿੰਘ ਅਟਵਾਲ ਨੇ, ਔਰ ਉਸ ਤੋਂ ਬਾਅਦ ਉਹਨਾਂ ਦੇ ਪੁੱਤਰ ਨੇ ਵੀ ਅਕਾਲੀ ਦਲ ਦਾ ਪੱਲਾ ਨਹੀਂ ਸੀ ਛੱਡਿਆ, ਪਰ ਹੁਣ ਭਾਜਪਾ ਦੇ ਵਿੱਚ ਸ਼ਾਮਿਲ ਹੋ ਜਾਂਦੇ ਨੇ ਇੰਦਰ ਇਕਬਾਲ ਸਿੰਘ ਅਟਵਾਲ, ਅਤੇ ਉਮੀਦਵਾਰ ਐਲਾਨ ਦਿੱਤੇ ਜਾਂਦੇ ਨੇ ਪੰਜਾਬ ਦੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ, ਜਲੰਧਰ ਦੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ। ਇਸ ਪੂਰੇ ਮਾਮਲੇ ਨੂੰ ਲੈ ਕੇ ਜੇ ਗੱਲ ਕਰੀਏ, ਕਿਤੇ ਨਾ ਕਿਤੇ ਸਭ ਤੋਂ ਪਹਿਲਾਂ ਤਾਂ ਇਹ ਛੋਟਾ ਜਿਹਾ ਵਿਵਾਦ ਖੜਾ ਹੁੰਦਾ ਕਿ ਕੀ ਭਾਜਪਾ ਨੂੰ ਆਪਣੇ ਜਲੰਧਰ ਜ਼ਿਲ੍ਹੇ ਦੇ ਵਿੱਚੋਂ ਹੀ ਕੋਈ ਨਹੀਂ ਮਿਲਿਆ ਜਿਹਨੂੰ ਉਮੀਦਵਾਰ ਐਲਾਨਿਆ ਜਾਵੇ? ਕਿਸੇ ਹੋਰ ਪਾਰਟੀ 'ਚੋਂ ਬੰਦਾ ਆਪਣੀ ਪਾਰਟੀ ਵੱਲ ਲਿਆ ਕੇ, ਉਸ ਤੋਂ ਬਾਅਦ ਉਹ ਵੀ ਉਸਦੇ ਆਪਣੇ ਹਲਕੇ ਤੋਂ ਅਲੈਦਾ ਹੋ ਕੇ ਉਸਨੂੰ ਕਿਸੇ ਹੋਰ ਥਾਂ ਦੇ ਉੱਤੇ ਉਮੀਦਵਾਰ ਐਲਾਨਣਾ? ਇਹ ਸਵਾਲ ਤਾਂ ਖੜੇ ਹੋ ਹੀ ਰਹੇ ਸੀ। ਉਦੋਂ ਹੀ ਕੁਝ ਤਸਵੀਰਾਂ ਸਾਹਮਣੇ ਆ ਜਾਂਦੀਆਂ ਨੇ। ਵਿਵਾਦ ਉਦੋਂ ਖੜਾ ਹੁੰਦਾ ਜਦੋਂ ਪਾਰਟੀ ਦੇ ਵਿੱਚ ਸ਼ਾਮਿਲ ਹੋਣ ਵਕਤ ਅਮਿਤ ਸ਼ਾਹ, ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਮੌਜੂਦ ਹੁੰਦੇ ਨੇ, ਭਾਜਪਾ ਦੇ ਵੱਡੇ ਆਗੂ ਮੌਜੂਦ ਹੁੰਦੇ ਨੇ, ਅਸ਼ਵਨੀ ਸ਼ਰਮਾ ਵਰਗੇ ਲੀਡਰਸ ਮੌਜੂਦ ਹੁੰਦੇ ਨੇ, ਔਰ ਉਹਨਾਂ ਦੀ ਅਗਵਾਈ ਦੇ ਵਿੱਚ ਜਿੱਥੇ ਇੰਦਰ ਇਕਬਾਲ ਸਿੰਘ ਅਟਵਾਲ ਨੂੰ ਭਾਜਪਾ 'ਚ ਸ਼ਾਮਿਲ ਕੀਤਾ ਜਾ ਰਿਹਾ ਹੁੰਦਾ, ਉੱਥੇ ਹੀ ਸਾਈਡ 'ਤੇ ਪਰਸ਼ੋਤਮ ਸੋਂਧੀ ਵੀ ਖੜ੍ਹੇ ਦਿਖਾਈ ਦਿੰਦੇ ਨੇ। ਪਰਸ਼ੋਤਮ ਸੋਂਧੀ ਉਹੀ ਵਿਅਕਤੀ ਜਿਸ ਉੱਤੇ ਇਲਜ਼ਾਮ ਨੇ ਨਸ਼ਾ ਤਸਕਰੀ ਦੇ, ਜਿਸ ਉੱਤੇ ਇਲਜ਼ਾਮ ਨੇ ਨਸ਼ਾ ਰੱਖਣ ਦੇ। ਇਲਜ਼ਾਮਾਂ ਦੇ ਆਧਾਰ ਉੱਤੇ ਟ੍ਰਾਇਲ ਫੇਸ ਕਰ ਚੁੱਕੇ 12 ਸਾਲ ਪਰਸ਼ੋਤਮ ਸੋਂਧੀ, ਉਹਨਾਂ ਦੇ ਵਿੱਚੋਂ 10 ਸਾਲ ਜੇਲ੍ਹ ਦੇ ਵਿੱਚ ਕੱਟ ਕੇ ਆਏ ਨੇ, ਔਰ 2 ਸਾਲ ਪਹਿਲਾਂ ਹੀ ਰਿਹਾਅ ਹੋਏ ਨੇ ਸੂਤਰਾਂ ਦੇ ਮੁਤਾਬਕ। ਇਸ ਪੂਰੇ ਮਾਮਲੇ ਨੂੰ ਲੈ ਕੇ ਪਰਸ਼ੋਤਮ ਸੋਂਧੀ ਦਾ ਉਸ ਤਸਵੀਰ ਵਿੱਚ ਹੋਣਾ ਵੱਡੇ ਵਿਵਾਦ ਖੜ੍ਹੇ ਕਰ ਰਿਹਾ। ਬੀਤੇ ਦਿਨੀ ਜਲੰਧਰ ਦੇ ਵਿੱਚ 3 ਅਹਿਮ ਪ੍ਰੈਸ ਕਾਨਫਰੰਸਿਸ ਹੋਈਆਂ, ਜਿਸ ਦੇ ਵਿੱਚੋਂ 2 ਪ੍ਰੈਸ ਕਾਨਫਰੰਸਿਸ ਜਿਹੜੀਆਂ ਆਮ ਆਦਮੀ ਪਾਰਟੀ ਅਤੇ
ਸ਼੍ਰੋਮਣੀ ਅਕਾਲੀ ਦਲ ਵੱਲੋਂ ਕੀਤੀ ਗਈ, ਉਹਨਾਂ ਦੇ ਵਿੱਚ ਪੁਖਤਾ ਤੌਰ ਉੱਤੇ ਨਿਖੇਧੀ ਕੀਤੀ ਗਈ ਹੈ ਭਾਜਪਾ ਸਰਕਾਰ ਦੀ, ਅਤੇ ਉਹਨਾਂ ਕਿ ਉਹਨਾਂ ਦੇ ਵੱਲੋਂ ਜਿਸ ਉੱਤੇ ਇਲਜ਼ਾਮ ਸੀ ਨਸ਼ਾ ਤਸਕਰੀ ਦੇ, ਉਸ ਵਿਅਕਤੀ ਨੂੰ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕੀਤਾ ਗਿਆ। ਪਾਰਟੀ 'ਚ ਸ਼ਮੂਲੀਅਤ ਦੌਰਾਨ, ਇੰਦਰ ਇਕਬਾਲ ਸਿੰਘ ਅਟਵਾਲ ਦੀ ਸ਼ਮੂਲੀਅਤ ਦੌਰਾਨ ਉਹ ਵਿਅਕਤੀ ਉਹਨਾਂ ਦੇ ਨਾਲ ਸੀ ਜਿਸ ਉੱਤੇ ਨਸ਼ਾ ਤਸਕਰੀ ਦੇ ਇਲਜ਼ਾਮ ਲੱਗੇ ਹੋਏ ਨੇ, ਜਿਹੜਾ ਟ੍ਰਾਇਲ ਫੇਸ ਕਰ ਚੁੱਕਿਆ। ਖੈਰ, ਇਸ ਪੂਰੇ ਮਾਮਲੇ ਨੂੰ ਲੈ ਕੇ ਵਿਵਾਦ ਭਖਦਾ ਪਿਆ। ਵੱਖ ਵੱਖ ਪਾਰਟੀਆਂ ਵੱਲੋਂ ਤਸਵੀਰਾਂ ਦਿਖਾ ਕੇ ਨਿਸ਼ਾਨੇ ਸਾਧੇ ਜਾ ਰਹੇ ਨੇ ਭਾਜਪਾ ਉੱਤੇ, ਭਾਜਪਾ ਦੀ ਰਣਨੀਤੀ ਉੱਤੇ, ਔਰ ਸਵਾਲ ਚੱਕੇ ਜਾ ਰਹੇ ਨੇ ਕਿ ਜਦੋਂ ਅਮਿਤ ਸ਼ਾਹ ਜੀ ਉੱਥੇ ਮੌਜੂਦ ਸਨ, ਗ੍ਰਹਿ ਮੰਤਰੀ ਮੌਜੂਦ ਸਨ, ਵੱਡੇ ਆਗੂ ਭਾਜਪਾ ਦੇ ਮੌਜੂਦ ਸਨ, ਤਾਂ ਕੀ ਉਹਨਾਂ ਨੇ ਇੰਦਰ ਇਕਬਾਲ ਸਿੰਘ ਅਟਵਾਲ ਦੇ ਨਾਲ ਆਉਣ ਵਾਲੇ ਇਸ ਵਿਅਕਤੀ, ਜਿਸ ਨੂੰ ਕਥਿਤ ਤੌਰ 'ਤੇ ਸ਼ਾਮਿਲ ਕੀਤਾ ਗਿਆ ਭਾਜਪਾ ਦੇ ਵਿੱਚ, ਉਸਦੀ ਹਿਸਟਰੀ ਨਹੀਂ ਖੰਗਾਲੀ ਗਈ? ਕਿ ਉਹਨਾਂ ਵੱਲੋਂ ਇਸ ਵਿਅਕਤੀ ਦੀ, ਪੁਰਸ਼ੋਤਮ ਸੋਂਧੀ ਦੀ ਹਿਸਟਰੀ ਜਿਹੜੀ ਆ ਉਹ ਨਹੀਂ ਖੰਗਾਲੀ ਗਈ ਕਿ ਇਸ ਉੱਤੇ ਕਿਹੋ ਜਿਹੇ ਇਲਜ਼ਾਮ ਲੱਗ ਚੁੱਕੇ ਨੇ? ਵੱਡੇ ਸਵਾਲ ਖੜ੍ਹੇ ਹੋ ਰਹੇ ਨੇ। ਵੱਖ ਵੱਖ ਪਾਰਟੀਆਂ ਇਸ ਦਾ ਲਾਹਾ ਲੈ ਰਹੀਆਂ ਨੇ ਔਰ ਸਿੱਧੇ ਨਿਸ਼ਾਨੇ ਭਾਜਪਾ ਉੱਤੇ ਸਾਧੇ ਜਾ ਰਹੇ ਨੇ। ਬੀਤੇ ਦਿਨੀਂ ਤਸਵੀਰਾਂ ਸਾਹਮਣੇ ਆਉਂਦੀਆਂ ਨੇ ਇੰਦਰ ਇਕਬਾਲ ਸਿੰਘ ਅਟਵਾਲ ਦੀ ਸ਼ਮੂਲੀਅਤ ਦੀਆਂ ਭਾਜਪਾ ਦੇ ਵਿੱਚ, ਔਰ ਉਸ ਤੋਂ ਬਾਅਦ ਐਲਾਨ ਦਿੱਤੇ ਜਾਂਦੇ ਨੇ ਉਮੀਦਵਾਰ ਜਲੰਧਰ ਜ਼ਿਮਨੀ ਚੋਣ ਦੇ। ਇਸ ਪੂਰੇ ਮਾਮਲੇ ਨੂੰ ਲੈ ਕੇ ਭਾਜਪਾ ਉੱਤੇ ਨਿਸ਼ਾਨੇ ਜਿਹੜੇ ਨੇ ਸਾਧੇ ਜਾ ਰਹੇ ਨੇ, ਅਤੇ ਲਗਾਤਾਰ ਇਹੀ ਇਲਜ਼ਾਮ ਲਾਏ ਜਾ ਰਹੇ ਨੇ ਕਿ ਪੁਰਸ਼ੋਤਮ ਸੋਂਧੀ, ਜਿਸ 'ਤੇ ਇਲਜ਼ਾਮ ਸਨ ਕਿ ਉਹ ਨਸ਼ੇ ਦੀ ਤਸਕਰੀ ਦੇ ਵਿੱਚ ਸ਼ਾਮਿਲ ਨੇ, ਜੋ ਟ੍ਰਾਇਲ ਭੋਗ ਚੁੱਕੇ ਨੇ 10 ਸਾਲ ਤੱਕ, ਉਹਨਾਂ ਦੇ ਖਿਲਾਫ਼ ਹੁਣ ਇਹ ਇਲਜ਼ਾਮ ਲੱਗ ਰਹੇ ਨੇ ਕਿ ਕੀ ਭਾਜਪਾ ਇਹੋ ਜਿਹੇ ਲੋਕਾਂ ਨੂੰ ਆਪਣੀ ਪਾਰਟੀ 'ਚ ਸ਼ਾਮਿਲ ਕਰ ਰਹੀ ਹੈ। ਵੱਡੇ ਸਵਾਲਾਂ ਦੇ ਘੇਰੇ ਦੇ ਵਿੱਚ ਘਿਰੇ ਹੋਏ ਨੇ। ਕੀ ਬਣਦਾ, ਕੀ ਅੱਗੇ ਸਾਹਮਣੇ ਆਉਂਦਾ, ਭਾਜਪਾ ਵੱਲੋਂ ਕੀ ਇਸ ਗੱਲ ਦਾ ਜਵਾਬ ਦਿੱਤਾ ਜਾਂਦਾ ਜਾਂ ਫਿਰ ਨਹੀਂ? ਬਣੇ ਰਹੋ ਵਨ ਇੰਡੀਆ ਪੰਜਾਬੀ 'ਤੇ, ਪਲ ਪਲ ਦੀ ਜਾਣਕਾਰੀ ਦਿੰਦੇ ਰਹਾਂਗੇ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।